ਬ੍ਰੈਡ ਹੀ ਬ੍ਰੈਡ ਕਰੀ ਜਾਂਦਾ ਸਾਰਾ ਦਿਨ, ਮੈਂ ਕਰਦੀ ਹਾਂ ਜੇ ਇਹਨਾਂ ਦਾ ਖਾਤਮਾ। ਫਿਰ ਹੁਣ ਬ੍ਰੈਡਾਂ ਦਾ ਖਾਤਮਾ ਮਚਾ ਕੇ ਕਰੇਗੀ, ਅੱਗ ਲਾ ਕੇ ਉੱਤੇ ਤੇ ਖੰਡ ਪਾਈ ਜਾਂਦੀ, ਇਹ ਕੀ ਹਿਸਾਬ ਕਿਤਾਬ ਹੋਇਆ? ਇੱਕ ਵਧੀਆ ਚੀਜ਼ ਬਣਾਉਣ ਲੱਗੀ ਹਾਂ ਜੀ, ਹੁਣ ਮੈਂ ਰੋਜ਼ ਕਿੱਥੋਂ ਤੇਲ ਸਾੜਾਂ? ਤੁਸੀਂ ਤਾਂ ਰੋਜ਼ ਕਹਿ ਰਹੇ ਹੋ ਬ੍ਰੈਡ ਬਣਾ ਕੇ ਦੇ ਉੱਤੇ, ਅੱਜ ਬਣਾਉਣ ਲੱਗੇ ਇੱਕ ਬਹੁਤ ਹੀ ਟੇਸਟੀ ਚੀਜ਼ ਜਿਹੜੀ ਮਿੰਟਾਂ 'ਚ ਬਣ ਜੂਗੀ, ਅਤੇ ਨਾਲੇ ਸਵਾਦ ਇੰਨੀ ਲੱਗੂਗੀ ਕਿ ਤੁਸੀਂ ਤਾਂ ਰੋਜ਼ ਹੀ ਕਿਹਾ ਕਰੋ ਬਸ ਇਹੀ ਚੀਜ਼ ਬਣਾਉਣਾ। ਫਿਰ ਜਾਂ ਬ੍ਰੈਡਾਂ ਤੋਂ ਕੀ ਬਣਾ ਕੇ ਦੇਗੀ ਰਮਨ? ਚਲੋ ਫਿਰ ਮੈਂ ਦੱਸਦੀ ਹਾਂ ਜੀ ਕੀ ਬਣਾਉਣ ਲੱਗੀ ਹਾਂ। ਅਤੇ ਇਹਦੇ ਲਈ ਆਪਾਂ ਲਏ ਨੇ ਜੀ ਬ੍ਰੈਡ, ਇਹ ਤੁਸੀਂ ਕੋਈ ਵੀ ਲੈ ਸਕਦੇ ਹੋਗੇ, ਬਰਾਊਨ ਬ੍ਰੈਡ ਜਾਂ ਜਿਹੜੇ ਦੂਜੇ ਹੁੰਦੇ ਨੇ ਜੀ, ਉਹ ਦੋਨਾਂ 'ਚੋਂ ਕੋਈ ਵੀ ਲੈ ਸਕਦੇ। ਠੀਕ ਆ, ਖਾਖੀ ਜੇ ਜਾਂ ਚਿੱਟੇ ਜੇ ਆਪਾਂ? ਹਾਂਜੀ, ਮੈਦੇ ਵਾਲੇ ਹੁੰਦੇ ਆ, ਇਹ ਹੈਗੇ ਨੇ ਜੀ ਕਣਕ ਦੇ ਆਟੇ ਦੇ। ਠੀਕ ਆ ਜੀ, ਅਤੇ ਲਓ ਅਤੇ ਹੁਣ ਆਪਾਂ ਇਹਨਾਂ ਦੇ ਪੀਸ ਕੱਟ ਲਾਂਗੇ ਜੀ, ਜੋ ਵੀ ਤੁਹਾਨੂੰ ਪਸੰਦ ਹੋਣ ਜਿਵੇਂ ਉਵੇਂ ਤੁਸੀਂ ਇਹਨੂੰ ਕੱਟ ਸਕਦੇ ਹੋ। 34 ਲਾ ਲੈਣੀਆਂ, 3-4 ਬ੍ਰੈਡਾਂ ਦੀ ਹੈ? ਹਾਂਜੀ ਹਾਂਜੀ। ਠੀਕ ਆ ਜੀ, ਇਹ ਫਿਰ 400-400 ਪੀਸ ਕੱਟ ਕਰ ਹੁਣ ਕੀ ਬਣੂਗਾ ਯਾਰ? ਬਸ ਤੁਸੀਂ ਦੇਖੀ ਜਾਓ ਜੀ ਕੀ ਬਣਾਉਣ ਲੱਗਿਆ, ਥੋੜੇ ਜਿਹੇ ਟਾਈਮ 'ਚ ਹੀ ਬਣ ਜੂਗਾ ਇਹ, ਕੋਈ ਬਹੁਤੀ ਮਿਹਨਤ ਜਾਂ ਸਵਾਦ ਬਣੂ ਮੈਨੂੰ ਐਂ ਦੱਸ, ਸਵਾਦ ਬਣੂ, ਬਹੁਤੇ ਸਮਾਨ ਦੀ ਵੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਅਤੇ ਲਓ ਐਵੇਂ ਮੈਂ ਕੱਟ ਲਏ ਇਹ। ਅਤੇ ਟਾਈਮ ਕਿੰਨਾ ਕੁ ਲੱਗੂ ਉਹਨੇ ਟਾਈਮ? ਬਸ ਟਾਈਮ ਤਾਂ ਕੁਛ ਵੀ ਨਹੀਂ ਲੱਗਦਾ ਜੀ, ਸਿਰਫ ਠੀਕ 3-4 ਮਿੰਟ ਬਸ ਹੀ ਲੱਗਣਗੇ ਜੀ। ਅਤੇ ਲਓ ਜੀ ਹੁਣ ਆਪਾਂ ਇਹਨੂੰ ਸਾਰਿਆਂ ਨੂੰ 4 ਪੀਸਾਂ 'ਚ ਡਿਵਾਈਡ ਕਰ ਲਿਆ, ਕੱਟ ਲਿਆ ਜੀ ਇਹਨਾਂ ਨੂੰ। ਠੀਕ ਹੈ ਜੀ, ਲਓ ਜੀ ਸਾਰੇ ਪੀਸ ਆਪਾਂ ਕੱਟ ਲਏ। ਠੀਕ ਹੈ ਜੀ, ਐਵੇਂ ਕੱਟ ਲਏ ਜੀ, ਤੁਸੀਂ ਜਿਵੇਂ ਮਰਜ਼ੀ ਚਾਹੋ ਉਵੇਂ ਕੱਟ ਸਕਦੇ ਹੋ ਜੀ। ਮਤਲਬ 4-4 ਕੱਟ ਲਏ, ਵਧੀਆ। ਅਤੇ ਹੁਣ ਫਿਰ ਇਦੋਂ ਬਾਅਦ ਕੀ ਕਰਨਾ? ਗੈਸ ਔਨ ਕਰ ਲਿਆ ਜੀ ਆਪਾਂ। ਠੀਕ ਹੈ ਜੀ, ਆਪਾਂ ਕੜਾਹੀ 'ਚ ਇਹਨਾਂ ਨੂੰ ਪਾ ਕੇ ਹਲਕੇ ਹਲਕੇ ਰੋਸਟ ਕਰ ਲਾਂਗੇ ਜੀ। ਅਤੇ ਇਹਦਾ ਫਿਰ ਰਮਣ ਯਾਰ ਕਰੜੇ ਹੋ ਜਾਣਗੇ ਯਾਰ, ਟੇਸਟੀ ਬਣਨਗੇ ਜੀ, ਤੁਸੀਂ ਦੇਖੀ ਜਾਇਓ। ਬਸ ਹਲਕੇ ਜਿਹੇ ਰੋਸਟ ਕਰ ਲੈਣੇ, ਕਲਰ ਚੇਂਜ ਕਰ ਲੈਣੇ ਨੇ ਇਹਨਾਂ ਦਾ ਜੀ, ਜਿਵੇਂ ਬਰਾਊਨ ਜੇ ਤਾਂ ਹੈਗੇ ਨੇ, ਭੁੰਨ ਲੈਣੇ ਆ, ਹੁਣ ਤਾਂ ਜ਼ਿਆਦਾ ਐਂ ਪੋਲੇ ਪੋਲੇ ਜਿਹੇ ਲੱਗ ਰਹੇ ਹੈਗੇ, ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨ ਲਾਂਗੇ ਜੀ। ਠੀਕ ਹੈ ਜੀ, ਵਧੀਆ, ਮਤਲਬ ਪੂਰੇ ਆਪਾਂ ਪਾਣੀ ਨਾਲ ਸਕਾ ਲਾਂਗੇ ਇਹਨਾਂ ਦਾ, ਮਤਲਬ ਸਿੱਲ ਜੀ ਸਕਾ ਲਾਂਗੇ ਜੀ। ਅਤੇ ਇਹ ਆਪਾਂ ਥੋੜ੍ਹੇ ਜਿਹੇ ਸਮਾਨ ਤੋਂ ਬਣਾ ਸਕਦੇ, ਕੋਈ ਬਹੁਤੇ ਸਮਾਨ ਦੀ ਜ਼ਰੂਰਤ, ਇੱਕ ਆਪਾਂ ਨੂੰ ਬ੍ਰੈਡ ਚਾਹੀਦੀ ਨੇ, ਇੱਕ ਆਪਾਂ ਨੂੰ ਚਾਹੀਦੀ ਹੈ ਜੀ ਖੰਡ ਜਾਂ ਗੁੜ ਵੀ ਲੈ ਸਕਦੇ ਹੋ, ਤਾਂ ਇੰਨੀ ਟੇਸਟੀ ਚੀਜ਼ ਬਣੂਗੀ, ਤੁਸੀਂ ਕਿਹਾ ਕਰੋਗੇ ਵੀ ਬਸ ਇਹੀ ਬਣਾ ਕੇ ਖਾਈਏ, ਅਤੇ ਬੱਚਿਆਂ ਨੂੰ ਵੀ ਬਹੁਤ ਹੀ ਜ਼ਿਆਦਾ ਪਸੰਦ ਆ ਉਹ ਟਿਫਨ ਵਿੱਚ। ਬ੍ਰੈਡਾਂ 'ਤੇ ਮਤਲਬ ਆਪਾਂ ਜੈਮ ਲਾ ਕੇ ਜਾਂ ਕੁਛ ਵੀ ਚਟਨੀ ਲਾ ਕੇ ਲੱਲਾ ਬੱਲਾ ਲਾ ਕੇ ਆਪਾਂ ਖਾਂਦੇ ਰਹਿੰਦੇ ਹਾਂ। ਹਾਂਜੀ ਹਾਂਜੀ, ਅਤੇ ਇਹ ਮਤਲਬ ਇੱਕ ਵੱਖਰੀ ਰੈਸਪੀ ਬਣੂਗੀ, ਵੱਖਰੀ ਰੈਸਪੀ ਹੈ ਜੀ, ਅਤੇ ਬੱਚਿਆਂ ਨੂੰ ਵੀ ਪਸੰਦ ਆਊਗੀ, ਬੱਚਿਆਂ ਦੇ ਟਿਫਨ 'ਚ ਵੀ ਪਾ ਸਕਦੇ, ਜਿਵੇਂ ਗੁੜ ਨਾ ਬਣਾਵਾਂਗੇ ਤਾਂ ਆਇਰਨ ਮਤਲਬ ਹੁੰਦਾ ਗੁੜ 'ਚ, ਹਾਂਜੀ, ਬੱਚਿਆਂ 'ਚ ਖੂਨ ਦੀ ਘਾਟ ਵੀ ਪੂਰੀ ਕਰਦਾ, ਅਤੇ ਨਾਲੇ ਉਹਨਾਂ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਣਗੇ, ਜਿਵੇਂ ਹੁਣ ਕੋਈ ਹੋਰ ਆਪਾਂ ਪਰੌਂਠਾ ਸਬਜ਼ੀ ਨਾਲ ਪਾ ਦਿੰਦੇ ਹਾਂ, ਬੱਚੇ ਨੇ ਐਵੇਂ ਹੁੰਦਾ ਵੀ ਕਈ ਵਾਰ ਵੀ ਕੋਈ ਉੱਪਰ ਦੀ ਮਿੱਠਾ ਖਾਈਏ, ਤਾਂ ਇਹ ਆਪਾਂ ਚੀਜ਼ ਉਹਨਾਂ ਨੂੰ ਬਣਾ ਕੇ ਦੇ ਸਕਦੇ ਹਾਂ ਜੀ। ਹਾਂਜੀ, ਅਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਭੁੰਨ ਲਈਏ ਚੰਗੀ ਤਰ੍ਹਾਂ, ਲਾਉਂਦੇ ਜਾਵਾਂਗੇ 4 ਸਪੇਰੋ ਵੀ ਚੰਗੀ ਤਰ੍ਹਾਂ ਸਾਰੇ ਰੋਸਟ ਹੋ ਜਾਣ। ਠੀਕ ਹੈ ਜੀ, ਹੁਣ ਵਧੀਆ ਵਧੀਆ ਰੋਸਟ ਕਰ ਲੈਣੇ ਆ। ਹਾਂਜੀ ਹਾਂਜੀ, ਕੜਛੀ ਨਾਲ ਤਾਂ ਲੋਟ ਨਹੀਂ ਆ ਰਿਹਾ ਸੀ ਜੀ। ਹਾਂਜੀ, ਅਤੇ ਇਹ ਬਸ ਮੈਂ ਹਿਲਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਰੋਸਟ ਕਰ ਲਏ। ਠੀਕ ਹੈ, ਆਹ ਦੇਖੋ ਜੀ ਵਧੀਆ ਇਹ ਭੁੱਜ ਚੁੱਕੇ ਨੇਗੇ, ਮਤਲਬ ਕਰੜੇ ਕਰੜੇ ਜੇ ਹੋ ਗਏ। ਹਾਂਜੀ ਹਾਂਜੀ, ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ 'ਚ ਕੱਢ ਲੈਂਦੇ ਜੀ, ਗੈਸ ਬੰਦ ਕਰ ਦਿੰਦੇ ਹਾਂ, ਮੀਡੀਅਮ ਜੇ 'ਤੇ ਰੱਖ ਕੇ ਭੁੰਨੇ ਨੇ ਜੀ ਇਹ। ਠੀਕ ਹੈ, ਹੁਣ ਮਤਲਬ ਬਾਹਲਾ ਨਹੀਂ ਗੈਸ ਛੱਡਣਾ ਆਪਾਂ, ਜ਼ਿਆਦਾ ਨਹੀਂ ਗੈਸ ਛੱਡਣਾ। ਹਾਂਜੀ, ਆਹ ਦੇਖੋ ਜੀ ਪਹਿਲਾਂ ਮੈਂ ਕੜਛੀ ਮਾਰਦੀ ਸੀ, ਇਹਦੇ ਨਾਲ ਟੁੱਟਣ ਲੱਗ ਗਏ ਸੀਗੇ, ਅਤੇ ਇਸ ਕਰਕੇ ਫਿਰ ਆਪਾਂ ਉਹੀ ਹਿਲਾ ਹਿਲਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲਿਆ। ਠੀਕ ਹੈ, ਇਹਨਾਂ ਦਾ ਜਿਹੜਾ ਕਲਰ ਉਹ ਵੀ ਚੇਂਜ ਹੋ ਗਿਆ, ਅਤੇ ਉਹ ਵੀ ਆਵਾਜ਼ ਆਉਣ ਲੱਗ ਗਈ ਕੜਾਕੇਦਾਰ ਜੀ। ਹਾਂਜੀ ਹਾਂਜੀ, ਕੜਾਕੇਦਾਰ। ਅਤੇ ਇੱਧਰ ਆਪਾਂ ਲਈਏ ਜੀ ਪੌਣੀ ਕੌਲੀ ਖੰਡ ਦੀ, ਇਸ ਆਪਾਂ ਗੁੜ ਵੀ ਲੈ ਸਕਦੇ ਹਾਂਗੇ। ਠੀਕ ਹੈ ਜੀ, ਉਹ ਆਪਸ਼ਨਲ ਆ ਜੀ, ਖੰਡ, ਗੁੜ, ਮਿਸ਼ਰੀ ਕੁਛ ਵੀ ਲੈ ਸਕਦੇ ਆਪਾਂ। ਹਾਂਜੀ ਹਾਂਜੀ, ਇਹਦੇ ਵਿੱਚ ਇਹ ਪਾ ਲੈਣੇ ਜੀ ਆਪਾਂ ਖੰਡ, ਇਹਦੇ ਵਿੱਚ ਆਪਾਂ ਬਸ 1-1.5 ਚਮਚਾ ਪਾਣੀ ਦਾ ਪਾਵਾਂਗੇ ਜੀ। ਬਸ 1-1.5 ਚਮਚੇ? ਹਾਂਜੀ ਹਾਂਜੀ, ਇਹ ਆਪਾਂ ਇਹਦੇ ਵਿੱਚ ਪਾ ਕੇ, ਮਤਲਬ ਚਾਸ਼ਨੀ ਜੀ ਨਹੀਂ ਬਣਾਉਣੀ ਆਪਾਂ, ਇਹਨੂੰ ਚੰਗੀ ਤਰ੍ਹਾਂ ਪਿਘਲਾਉਣਾ ਜੀ, ਨਾਲ ਦੀ ਨਾਲ ਆਪਾਂ ਕੜਛੀ ਵੀ ਫਿਰਦੇ ਰਹਿਣਾ ਵੀ ਥੱਲੇ ਨਾ ਲੱਗੇ। ਠੀਕ ਹੈ ਜੀ, ਇਹ ਬਰਾਊਨ ਜੀ ਹੋ ਜੂਗੀ, ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨਦੇ ਜਾਵਾਂਗੇ, ਮਤਲਬ ਜਿਵੇਂ ਪਾਪੜੀ ਜੀ ਬਣਾਉਣੇ ਹੁੰਦੇ ਆਪਾਂ ਖੰਡ ਖੋਂਗੇ ਤੋਂ। ਹਾਂਜੀ, ਸਹੀ ਗੱਲ ਆ ਜੀ, ਪਤ ਜੀ ਬਣਾ ਲੈਣੀ ਹੈ ਜੀ। ਠੀਕ ਹੈ ਜੀ, ਮੀਡੀਅਮ 'ਤੇ ਆਪਾਂ ਗੈਸ ਨੂੰ ਕਰ ਲੈਣਾ, ਇਹਨੂੰ ਆਪਾਂ ਹਿਲਾਉਂਦੇ ਜਾਣਾ, ਬਸ ਥੋੜ੍ਹੇ ਸਮਾਨ ਤੋਂ ਵਧੀਆ ਚੀਜ਼ ਬਣ ਜੂ ਜੀ, ਤੁਸੀਂ ਇੱਕ ਵਾਰ ਖਾ ਕੇ ਨਾਲ ਬਣੂਗੇ ਬਹੁਤ ਛੇਤੀ ਫਿਰ ਤਾਂ ਰਮਨ, ਮੈਨੂੰ ਲੱਗਦਾ। ਹਾਂਜੀ ਹਾਂਜੀ, ਬਹੁਤ ਜਦੋਂ ਚੀਜ਼ਾਂ ਦੋ ਚਾਹੀਦੀਆਂ ਹਨ। ਹਾਂਜੀ, ਤੁਸੀਂ ਤਾਂ ਰੋਜ਼ ਹੀ ਕਿਹਾ ਕਰੋਗੇ ਇਹੀ ਬਣਾ ਲਓ। ਹਾਂਜੀ, ਟੇਸਟੀ ਬਣੂ ਅਤੇ ਨਾਲੇ ਖਰਾਬ ਵੀ ਨਹੀਂ ਹੁੰਦੀ, ਬੱਚਿਆਂ ਨੂੰ ਵੀ ਦੇ ਸਕਦੇ ਹਾਂ ਆਪਾਂ, ਟਿਫਨ 'ਚ ਪਾ ਕੇ ਘਰੇ ਵੀ ਖਾ ਸਕਦੇ ਹਾਂ ਜੀ। ਹਾਂਜੀ।
ਤੇ ਲਓ ਜੀ ਆਪਾਂ ਪਹਿਲਾਂ ਚੰਗੀ ਤਰ੍ਹਾਂ ਪਿਘਲਾ ਲਈਏ, ਮੈਂ ਦੱਸਾਂਗੇ ਹੋਰ ਕੀ ਸਮਾਨ ਪਾਉਣਾ ਇਹਦੇ ਵਿੱਚ। ਲਓ ਜੀ ਇਹਦਾ ਕਲਰ ਆ ਜਿਹੜਾ ਉਹ ਚੇਂਜ ਹੋ ਗਿਆ, ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੇਕਿੰਗ ਪਾਊਡਰ, ਜਿਹਨੂੰ ਮਿੱਠਾ ਸੋਡਾ ਵੀ ਕਹਿੰਦੇ ਆ। ਜਦੋਂ ਮਤਲਬ ਆਹ ਬਰਾਊਨ ਜਿਹਾ ਹੋ ਗਿਆ ਕਲਰ ਇਹਦਾ, ਇਹੋ ਜਿਹਾ ਖਾਕੀ ਆ, ਉਦੋਂ ਪਾਉਣਾ ਮਿੱਠਾ ਸੋਡਾ। ਹਾਂਜੀ, ਤੇ ਆਪਾਂ ਅੱਧਾ ਕੱਪ ਆਹ ਪਾਇਆ ਜੀ ਚਮਚ ਦਾ ਚੌਥਾ ਹਿੱਸਾ, ਮਤਲਬ ਵੱਡੀ ਸਾਰੀ ਚੁਟਕੀ ਭਰ ਕੇ ਪਾ ਲੈਣੀ ਆ। ਠੀਕ ਹੈ, ਤੇ ਇਸ ਪ੍ਰਕਾਰ ਇਹ ਫੁੱਲ ਜੂਗਾ ਜੀ। ਠੀਕ ਹੈ ਜੀ, ਆਹ ਦੇਖੋ ਇਹਨੂੰ ਆਪਾਂ ਚੰਗੀ ਤਰ੍ਹਾਂ ਘੁਮਾਈਏ। ਇਹ ਮਤਲਬ ਮਿੱਠਾ ਸੋਡਾ ਕਾਸਤ ਪਾਇਆ ਵੀ ਆਪਣੇ ਆਹ ਜਿਹੜੇ ਹੋਰ ਫੁੱਲ ਆ। ਹਾਂਜੀ, ਇਹ ਉੱਪਰ ਵੀ ਚੰਗੀ ਤਰ੍ਹਾਂ ਲੱਗ ਜੇ ਜੀ, ਜਿਹੜਾ ਸਮਾਨ ਆ ਇਹਦੇ ਵਿੱਚ ਜਿਹੜਾ ਆਪਾਂ ਗੋਲਾ ਪਾਈਏ ਜੀ ਖਾਣ ਦੇ ਚੰਗੀ ਤਰ੍ਹਾਂ। ਹਾਂਜੀ, ਮਤਲਬ ਹਾ ਜਿਆਦੇ ਫੁੱਲ ਜੇ ਗਈ ਆਪਣੀ ਚਾਸ਼ਨੀ ਜੀ ਵੱਧ ਗਈ ਹਨਾ। ਗੈਸ ਆਪਾਂ ਬੰਦ ਕਰਤਾ ਜੀ। ਠੀਕ ਹੈ ਜੀ, ਆਪਾਂ ਸਾਰੇ ਸਮਾਨ ਨੂੰ ਇਹਦੇ ਵਿੱਚ ਪਾ ਲਾਂਗੇ ਜੀ। ਠੀਕ ਹੈ, ਹੁਣ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਲਾ ਦੇਣਾਗਾ ਵੀ ਚੰਗੀ ਤਰ੍ਹਾਂ ਪ੍ਰੋਪਰ ਸਾਰੇ। ਜਿਵੇਂ ਆਪਾਂ ਉਹ ਮਖਾਣੇ ਨਹੀਂ ਬਣਾਏ ਸੀਗੇ, ਮਖਾਣੇ ਦੇ ਉੱਤੇ ਗੁੜ ਦਾ ਹਲਾ ਕੇ ਨਾ। ਹਾਂਜੀ, ਉਹ ਤਾਂ ਪਾਤ ਬਣਾਈ ਸੀਗੀ। ਹਾਂਜੀ, ਇਹ ਆਪਾਂ ਬਿਨਾਂ ਪਾਣੀ ਤੋਂ ਬਣਾਈਏ ਜੀ, ਬਸ ਬਿਲਕੁਲ ਥੋੜਾ ਜਿਹਾ ਪਾਣੀ ਪਾ ਕੇ ਤੇ ਸਾਰਿਆਂ ਤੇ ਆਪਾਂ ਚੰਗੀ ਤਰ੍ਹਾਂ ਲਾ ਦੇਣੀ ਹੈ ਜੀ। ਠੀਕ ਹੈ ਜੀ, ਸੇਮ ਉਹੀ ਚੀਜ਼ ਬਣਦੀ ਦਿੰਦੀ ਹੈ ਨਾ। ਹਾਂਜੀ ਹਾਂਜੀ, ਟੇਸਟੀ ਬਹੁਤ ਬਣਦੇ ਨੇ ਇਹ, ਤੇ ਇਹਨੂੰ ਆਪਾਂ ਬਸ ਐਵੇਂ ਹੀ ਠੰਡੇ ਕਰ ਲਾਂਗੇ ਜੀ ਇੱਕ ਭਾਂਡੇ ਵਿੱਚ ਪਾ ਕੇ। ਠੀਕ ਹੈ, ਇਹ ਜੁੜਦੇ ਤਾਂ ਨਹੀਂ, ਅਲੱਗ ਅਲੱਗ ਹੋ ਜਾਣਗੇ ਨਾ। ਹਾਂਜੀ ਹਾਂਜੀ, ਹੋ ਜਾਣਗੇ ਜੀ। ਤੇ ਲਓ ਜੀ ਸਾਰੇ ਆਪਾਂ ਲਾਤੀ ਚੰਗੀ ਤਰ੍ਹਾਂ, ਤੇ ਹੁਣ ਦਿਖਾਉਂਦੇ ਜੀ ਤੁਹਾਨੂੰ। ਗੈਸ ਆਪਣਾ ਬੰਦ ਹੀ ਹੈ ਜੀ, ਬੰਦ ਹੀ ਰੱਖਣਾ ਗਾ ਜਿਹੜਾ। ਠੀਕ ਹੈ, ਗੈਸ ਬੰਦ ਕਰਤਾ ਸੀ ਆਪਾਂ। ਹਾਂਜੀ, ਜਦੋਂ ਆਪਾਂ ਪਾਇਆ ਸੀ ਜੀ ਇਹਦੇ ਵਿੱਚ ਬੇਕਿੰਗ ਪਾਊਡਰ। ਹਾਂਜੀ, ਬੇਕਿੰਗ ਸੋਡਾ ਨਹੀਂ ਪਾਉਣਾ, ਇੱਕ ਬੇਕਿੰਗ ਪਾਊਡਰ ਆਉਂਦਾ ਜੀ ਉਹ ਪਾਉਣਾ, ਜਿਹਨੂੰ ਆਪਾਂ ਮਿੱਠਾ ਸੋਡਾ ਕਹਿੰਦੇ, ਜਿਹੜਾ ਮੱਠੀਆਂ ਕੋਲ ਗਲਿਆਂ 'ਚ ਪਾਉਂਦੇ ਹਾਂ ਜੀ। ਹਾਂਜੀ, ਇੱਕ ਦਾ ਮਤਲਬ ਬੇਕਿੰਗ ਪਾਊਡਰ ਹੁੰਦਾ, ਇੱਕ ਬੇਕਿੰਗ ਸੋਡਾ ਹੁੰਦਾ। ਸੋਡਾ, ਹਾਂਜੀ, ਬੇਕਿੰਗ ਪਾਊਡਰ ਪਾਇਆ ਜੀ, ਮਿੱਠਾ ਸੋਡਾ ਕਹਿੰਦੇ ਜਿਹਨੂੰ, ਜਿਹੜਾ ਆਪਾਂ ਆਮ ਵਰਤਦੇ ਹਾਂ ਜੀ। ਹਾਂਜੀ, ਗੁਲਗੁਲਿਆਂ 'ਚ ਪਾਉਂਦੇ ਹੁੰਦੇ ਸੀ ਜਿਹੜਾ ਮੱਠੀਆਂ 'ਚ। ਹਾਂਜੀ, ਤੇ ਲਓ ਜੀ ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਲਾਂਗੇ ਜੀ। ਠੀਕ ਹੈ ਜੀ, ਆਹ ਪਲੇਟ ਵਾਲਾ ਮਟੀਰੀਅਲ ਪਾਸੇ ਖੜ ਦਾਂਗੇ। ਹਾਂਜੀ, ਇਹਦੇ ਵਿੱਚ ਪਾ ਲੈਂਦੇ ਜੀ। ਠੀਕ, ਇਹਨੂੰ ਬਸ ਹੁਣ ਆਪਾਂ ਠੰਡਾ ਹੋਣ ਦੇਵਾਂਗੇ, ਉਸ ਤੋਂ ਬਾਅਦ ਤੁਸੀਂ ਦੇਖੋ ਵੀ ਕਿੰਨੇ ਜ਼ਿਆਦਾ ਟੇਸਟੀ ਅਤੇ ਬਹੁਤ ਹੀ ਸਵਾਦ ਬਣਦੇ ਨੇ ਜੀ। ਦੇਖੋ ਦੋਸਤੋ, ਰੰਗ ਕਿੱਡਾ ਸੋਹਣਾ ਅਤੇ ਮਤਲਬ ਕਿੱਡਾ ਪਿਆਰਾ ਲੱਗ ਰਿਹਾ ਹਨਾ। ਹਾਂਜੀ, ਚਲੋ ਜੀ ਹੁਣ ਆਪਾਂ ਇਹਨੂੰ ਠੰਡੇ ਹੋਣ ਦੇਵਾਂਗੇ ਅਤੇ ਫਿਰ ਦਿਖਾਉਂਦੇ ਹਾਂ ਵੀ ਕਿੰਨੇ ਵਧੀਆ ਬਣਨਗੇ। ਲਓ ਜੀ ਇਹਨਾਂ ਨੂੰ ਮੈਂ ਅਲੱਗ ਅਲੱਗ ਕਰ ਲਿਆ ਵੀ ਨਾਲ ਨਾ ਇੱਕ ਦੂਜੇ ਦੇ ਚਿੰਬਣ। ਠੀਕ ਹੈ ਜੀ, ਅਤੇ ਉੱਪਰ ਆਪਾਂ ਇਹਦੇ ਲਾ ਦਿੰਦੇ ਹਾਂ ਜੀ ਨਾਰੀਅਲ ਦਾ ਬਰਾਦਾ ਡੈਕੋਰੇਸ਼ਨ ਵਾਸਤੇ, ਮਤਲਬ ਸੋਹਣੇ ਵੀ ਲੱਗਣ, ਸਵਾਦ ਵੀ ਮਤਲਬ ਨਾਲੇ ਟੇਸਟ ਵੀ ਵਧੀਆ ਆਵੇ ਜੀ। ਹਾਂਜੀ, ਆਹ ਦੇਖੋ ਜੀ ਕਿੰਨੇ ਜ਼ਿਆਦਾ ਕਰੰਚੀ ਅਤੇ ਕ੍ਰਿਸਪੀ ਬਣੇ ਨੇਗੇ, ਦੇਖਣ ਨੂੰ ਵੀ ਰਮਣੇ ਪਨੀਰ ਪਕੌੜਿਆਂ ਵਰਗੇ ਲੱਗਦੇ ਆ। ਹਾਂਜੀ ਹਾਂਜੀ, ਆਹ ਦੇਖੋ ਜੀ। ਸੋ ਇਸ ਪ੍ਰਕਾਰ ਆਪਾਂ ਘਰੇ ਬਣਾ ਕੇ ਖਾ ਸਕਦੇ ਹਾਂ। ਯਾਰ ਜਦੋਂ ਜਾੜਾਂ 'ਚ ਆਉਣਗੇ ਨਾ ਤੇ ਵੱਖਰੀ ਸਵਾਦ ਆਊਗਾ ਹਨਾ, ਜਦੋਂ ਕਰੜ ਕਰੜ ਜਿਹੇ ਵੀ ਬਹੁਤ ਹੀ ਜ਼ਿਆਦਾ ਬਣਦੇ ਨੇ। ਬੱਚਿਆਂ ਨੂੰ ਬਣਾ ਰਹੇ ਹੋ ਤੁਸੀਂ ਇਹਦੇ ਵਿੱਚ ਸ਼ੱਕਰ ਜਾਂ ਗੁੜ ਪਾ ਸਕਦੇ ਹੋ ਜੀ, ਬਹੁਤ ਹੀ ਜ਼ਿਆਦਾ ਬੱਚਿਆਂ ਵਾਸਤੇ ਵੀ ਹੈਲਥੀ ਹੋਣਗੇ ਉਹ ਚੀਜ਼, ਕਿਉਂਕਿ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਗਾ ਤੇ ਬੱਚੇ ਨੂੰ ਪਸੰਦ ਵੀ ਬਹੁਤ ਕਰਨਗੇ। ਸੋ ਜ਼ਰੂਰ ਬਣਾ ਕੇ ਖਾਓ ਜੀ, ਟੇਸਟੀ ਟੇਸਟੀ ਇਹ ਡਿਸ਼ ਜੋ ਥੋੜ੍ਹੇ ਟਾਈਮ 'ਚ ਤਿਆਰ ਹੋ ਜਾਂਦੀ ਹੈ ਅਤੇ ਬਹੁਤ ਘੱਟ ਸਮਾਨ ਦੀ ਜ਼ਰੂਰਤ ਪੈਂਦੀ ਹੈ। ਟਾਈਮ ਤਾਂ ਬਿਲਕੁਲ ਵੀ ਨਹੀਂ ਲੱਗਦਾ ਦੋਸਤੋ, ਬਹੁਤ ਇੱਕ ਤੇਜ਼ੀ ਨਾਲ ਤਿਆਰ ਹੁੰਦੀ ਆ, ਨਾਲੇ ਪਕਾਈ ਨਹੀਂ ਕੋਈ ਬਾਲੀ ਹਨਾ ਰਹਿਣ। ਸਹੀ ਗੱਲ ਆ ਜੀ। ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ। ਵੀਡੀਓ ਦੇਖਣੀ ਸਭ ਦਾ ਬਹੁਤ ਬਹੁਤ ਧੰਨਵਾਦ ਜੀ।